ਉਹਨੂੰ ਜਿਵੇਂ ਪਿਛਲੀ ਵਾਰੀ ਆਪਾਂ ਇੱਕ ਗੱਡੀ ਫਰੀ ਦਿੱਤੀ ਸੀ ਦਹਾਂ, ਇੱਦਾਂ ਹੀ ਆਪਾਂ ਇੱਕ ਹੋਰ ਫਰੀ ਦੇ ਦਿਆਂਗੇ। ਐਤਕੀ ਭਾਅ ਜੀ ਪੰਜਾਂ ਨਾਲ ਇੱਕ ਦੇ ਦਿਆਂਗੇ ਜੀ, ਪੰਜਾਂ ਨਾਲ ਇੱਕ ਗੱਡੀ ਫਰੀ, ਅੱਗੇ ਦਸਾਂ ਨਾਲ ਦਿੱਤੀ ਸੀ, ਐਤਕੀ ਪੰਜਾਂ ਨਾਲ ਦੇ ਦਿਆਂਗੇ। ਇਹ ਫਾਰਚੂਨਰ ਗਿਫਟ ਦਿੱਤੀ ਉਹਨਾਂ ਨੂੰ। ਅੱਛਾ ਇੱਕ, ਅੱਛਾ ਇਹ ਗਿਫਟ ਚੱਲੀ ਆ, ਇਹ ਗਿਫਟ ਦਿੱਤੀ 23 ਮਾਡਲ ਫਾਰਚੂਨਰ। ਵਾਹ ਜੀ ਵਾਹ, ਇਹ ਸੇਮ ਪੈਕੇਜ ਭਾਅ ਜੀ ਆਪਾਂ ਗੁਰਦਾਸਪੁਰ ਵਾਲੇ ਵੀਰਾਂ ਨੂੰ ਦੇ ਦਿਆਂਗੇ 1.5 ਲੱਖ ਰੁਪਏ 'ਚ। 1.5 ਲੱਖ ਰੁਪਏ ਤੇ ਬਾਈ ਜਿੱਦਾਂ ਹੁਣ ਮੰਨ ਲਓ ਕਿਸੇ ਨੇ ਪੈਕੇਜ ਬੁੱਕ ਕਰਨਾ ਹੈ ਨਾ, ਖੜੇ ਪੈਰ ਤਾਂ ਨਹੀਂ ਮਿਲ ਜੂ? ਮੈਂ ਕਿਹਾ ਭਾਅ ਜੀ ਇੱਕ ਦਿਨ ਪਹਿਲਾਂ ਵੀ ਫੋਨ ਲਾ ਲਿਓ, ਸਾਡੀ ਬਰਾਤ ਇੰਨੇ ਬੰਦਿਆਂ ਦੀ ਹੈ, ਮੈਂ ਕਿਹਾ ਗੱਡ ਖਾਨਾ ਇੰਨਾ ਕੁ ਖੜਾ ਕਰ ਦਿਆਂ ਕਿ ਪਿੰਡ 'ਚ ਫਿਰਨੀ ਪੂਰੀ ਘੁਮਾ ਲਿਓ। ਭਾਵੇਂ ਸੈਲਫ ਡਰਾਈਵ, ਸੈਲਫ ਡਰਾਈਵ ਤੇ ਥਾਰ ਵੀ ਦਿੰਦੇ, ਸਕਾਰਪੀਓ ਵੀ ਦਿੰਦੇ, ਫਾਰਚੂਨਰ ਨਵਾਂ ਮਾਡਲ ਵੀ ਦਿੰਦੇ, ਫਾਰਚੂਨਰ ਪੁਰਾਣਾ ਮਾਡਲ ਵੀ ਦਿੰਦੇ, ਤੇ ਉਹਨਾਂ ਨੂੰ ਆਪਾਂ 20 ਸਕਾਰਪੀਓ ਦੇਣੀਆਂ ਬਲੈਕ, ਇੱਕ ਲਿਮੋ ਦੇਣੀ ਤੇ ਇੱਕ ਜੀ ਵੈਗਨ ਦੇਣੀ। ਇੱਕ ਲਿਮੋ ਇੱਕ ਜੀ ਵੈਗਨ ਨਾਲ 20 ਸਕਾਰਪੀਓ ਕਾਲੀਆਂ, ਕਾਲੀਆਂ ਸਕਾਰਪੀਓ। ਜਗਲਾ ਚਾਹੁੰਦਾ ਮੇਰੇ ਵਿਆਹ ਤੇ ਭਾਈ ਆਹ ਗੱਡੀਆਂ ਇਸੇ ਰੰਗ ਦੀਆਂ, ਹੁਣ ਤਾਂ ਹੋ ਜੂ ਰਹੀ ਦੇ ਦਿਆਂਗੇ ਭਾਜੀ। ਮੈਂ ਇੱਕ ਬਾਈ ਨੂੰ ਫੋਨ, ਦਸੂਏ ਚੱਲੀਆਂ ਇੱਕ ਜੈਗਵਰ, ਹਾਂ ਦੋ ਓਡੀਆਂ, ਇੱਕ ਜੈਗਵਰ ਤੇ ਦੋ ਓਡੀਆਂ, ਤਿੰਨ ਗੱਡੀਆਂ ਚੱਲੀਆਂ। ਤੇ ਤਿੰਨਾਂ ਦਾ ਪੈਕੇਜ ਕਿੰਨੇ ਦਾ ਗਿਆ? ਤਿੰਨਾਂ ਦਾ ਵੀਰੇ ਦਿੱਤਾ 40,000। ਜਿਹੜੀ ਵੱਡੀ ਮਿਆਣੀ ਉੱਥੇ ਚੱਲੀਆਂ ਜੀ 4, ਉਹ ਚੱਲੀਆਂ ਰੇਂਜਾਂ ਦੇ ਨਾਲ ਜੈਗਵਰ, ਤੇ ਉਹਦਾ ਪ੍ਰਾਈਜ਼ ਹੈਗਾ ਜੀ 80,000। ਇੱਥੇ ਬੇਗਵਾਲ ਦੇ ਕੋਲ ਲੋਕਲ ਰਹਿਣਾ। ਅੱਛਾ, ਉੱਥੇ 4 ਰੇਂਜਾਂ ਤੇ ਇੱਕ ਮੇਬੈਕ, 4 ਰੇਂਜਾਂ ਇੱਕ ਮੇਬੈਕ, ਉਹਨਾਂ ਦਾ 1,20,000 ਰੁਪਈਆ ਭਾਜੀ। ਮਤਲਬ ਭਾਈ ਜੇ ਆਪਾਂ ਭਾਈ ਰੇਟਾਂ ਦੀ ਗੱਲ ਕਰੀਏ, ਸਾਰੇ ਮਾਰਕੀਟ ਦਾ ਰੇਟ ਸੇਮ ਹੁੰਦਾ ਕਿ ਆਪਾਂ ਭਾਈ ਜੇ ਬੰਦਾ ਮੰਨ ਲਓ ਕੋਈ ਵੀਡੀਓ ਦੇ ਮਾਰਕੀਟ 'ਚ ਜਿੱਥੋਂ ਮਰਜ਼ੀ ਬੰਦਾ ਟਰਾਈ ਕਰ ਲਏ, ਆਪਣੇ ਉਹ ਵੀ ਸਾਜੇ ਸਾਰਿਆਂ ਤੋਂ ਚੀਪ ਰੇਟ ਦੇਵਾਂਗੇ। ਜੇ ਅਗਲਾ ਕਹਿੰਦਾ ਵੀਰੇ ਮੈਨੂੰ ਫਾਰਚੂਨਰ ਦਾ 20 ਦਵਾ ਦਿਓ ਨਵੀਆਂ, ਦੇ ਦੇਵਾਂਗੇ ਭਾਜੀ, ਹੋ ਜੂ 20 ਦੀ ਗੱਲ ਹੀ ਕੋਈ ਨਹੀਂ ਭਾਜੀ। ਤੇ ਮਤਲਬ ਸਤਿ ਸ਼੍ਰੀ ਅਕਾਲ ਜੀ, ਹੈ ਜੱਟਾ ਉਹ ਬਲੈਰੋ ਤੋਂ ਨਹੀਂ ਆਉਂਦੀ, ਖੜ ਜਾ ਹਜੇ ਖੜ ਜਾ। ਤੇ ਅੱਜ ਆਪਾਂ ਆਏ ਬੇਗਵਾਲ ਕਰਨ ਮਲਤਾਨੀ ਵੀਰੇ ਕੋਲੇ, ਬਈ ਪਹਿਲਾਂ ਬੁਲਾ ਦਿਓ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ। ਇਹ ਸਾਡੇ ਉਹ ਵਾਲੇ ਭਰਾ ਆ ਜਿਹੜੇ ਸਾਨੂੰ ਛੇਤੀ ਠਾਲ ਦਿੰਦੇ ਆ ਸਵੇਰੇ, ਛੇਤੀ ਭਾਜੀ ਸੀਜ਼ਨ ਦੇ ਦਿਨ ਨੇ, ਸਾਨੂੰ ਤਾਂ ਨੀਂਦ ਹੀ ਨਹੀਂ ਉਹ ਨਸੀਬ ਹੁੰਦੀ, ਰਾਤ ਨੂੰ 11-12 ਵਜੇ ਸੋਈ ਦਾ, ਸਵੇਰੇ ਫਿਰ 3-4 ਵਜੇ ਉੱਠ ਕੇ ਗੱਡੀਆਂ ਗੁੱਡੀਆਂ ਧੋਣੀਆਂ ਸ਼ੁਰੂ। ਸਾਨੂੰ ਆਦਤ ਹੈ ਨਹੀਂ ਸਵੇਰੇ ਛੇਤੀ ਉੱਠਣ ਦੀ, ਸਾਨੂੰ ਵੀ ਅਰਲੀ ਮੋਰਨਿੰਗ 5 ਵਜੇ ਠਾਲ ਦਿੰਦੇ ਭਾਜੀ, ਗੱਡੀਆਂ ਆ ਜਾਣੀਆਂ, ਤੁਸੀਂ ਟਾਈਮ ਨਾਲ ਆ ਜਿਓ। ਸਹੀ ਗੱਲ ਆ ਵੀ, ਕਿੰਨੀਆਂ ਗੱਡੀਆਂ ਖੜੀਆਂ ਨੇ ਅੱਜ ਸੁੱਖ ਨਾਲ ਵੀਰੇ? ਅੱਜ 16 ਗੱਡੀਆਂ ਚੱਲੀਆਂ ਜੀ, 16 ਕਾਰਾਂ ਦੀ ਅੱਜ ਇਹ ਪੈਕੇਜ ਆ। ਇਹ ਪੈਕੇਜ 3 ਨੇ ਭਾਜੀ, ਇੱਕ ਨਹੀਂ ਹੈਗਾ। ਅੱਛਾ, ਇੱਕ ਵੀਡੀਓ 'ਚ 3 ਪੈਕੇਜ ਦਿਖਾਉਣੇ? 3 ਪੈਕੇਜ ਚੱਲੇ ਨੇ ਭਾਜੀ। ਮਤਲਬ ਕਿ ਕਿਵੇਂ ਦਿਖਾ ਸਕਦੇ ਆਪਾਂ? ਇੱਕ ਮੇਬੈਕ, ਅੱਛਾ ਜਿਵੇਂ ਉਹ ਮੇਬੈਕ, 4 ਰੇਂਜਾਂ ਲੱਗ ਚੱਲੀਆਂ ਭਾਜੀ। ਅੱਛਾ, ਇੱਕ ਮੇਬੈਕ ਦੇ ਨਾਲ 4 ਰੇਂਜਾਂ ਉਹ ਲੱਗ ਚੱਲੀਆਂ ਜੀ। ਅੱਛਾ, ਇੱਕ ਜੈਗਵਰ ਨਾਲ 2 ਰੇਂਜਾਂ ਲੱਗ ਚੱਲੀਆਂ ਜੀ, ਇੱਕ ਜੀ ਵੈਗਨ, ਇੱਕ ਮੇਬੈਕ, ਇੱਕ ਜੈਗਵਰ, ਇੱਕ ਓਡੀ ਤੇ ਇੱਕ BMW ਲੱਗ ਚੱਲੀ ਜੀ। ਸ਼ਾਬਾਸ਼, ਅੱਛਾ ਐ ਪੈਕੇਜ ਦਿੱਤੇ ਹੋਏ ਆ ਡੱਡ। ਇੱਕ ਜੈਗਵਰ, 2 ਓਡੀਆਂ ਤੇ 1 ਰੇਂਜ ਉਹ ਲੱਗ ਚੱਲੀ ਜੀ। ਭਾਈ ਇੰਨੀਆਂ ਕਾਰਾਂ ਇਹ ਰੇਂਜ ਕਿੱਥੋਂ ਕਰਦੇ ਹੋ? ਹੈ ਰੇਂਜ ਭਾਜੀ, ਜਿੰਨੀਆਂ ਕਹੋ ਰੇਂਜ ਤੇ ਮਹਾਰਾਜ ਕਰਾਉਂਦਾ ਜੀ ਆਪ। ਕਈ ਮੇਰੇ ਵੀਰਾਂ ਨੂੰ ਦਿੱਤੀਆਂ ਨੇ ਮਹਾਰਾਜ ਨੇ ਗੱਡੀਆਂ, ਤੇ ਸਾਰਿਆਂ ਦੀ ਸਪੋਰਟ ਨਾਲ ਭਾਈ ਹੈ। ਹਾਂਜੀ, ਪੈਕੇਜ ਦੀ ਗੱਲ ਕਰਦੇ, ਪੈਕੇਜ ਇਹ ਚੱਲੇ ਕਿੱਧਰ ਕਿੱਧਰ ਆ? ਆਪਾਂ ਤਾਂ ਵੈਸੇ ਹਾਂਜੀ ਖੜੇ ਆ ਕਪੂਰਥਲੇ ਕੋਲੇ, ਜਿਹਨੂੰ ਕਹਿ ਦਈਏ ਕਪੂਰਥਲੇ ਕੋਲੇ, ਟਾਂਡੇ ਕੋਲੇ, ਇਹ ਕਪੂਰਥਲੇ ਭਾਜੀ ਬੇਗੋਵਾਲ। ਹਾਂ ਬੇਗੋਵਾਲ ਖੜੇ ਆ। ਹਾਂਜੀ, ਹੁਣ ਇਹ ਪੈਕੇਜ ਆਪਾਂ ਦੱਸਣਾ ਬਈ ਚੱਲੇ ਕਿੱਥੇ ਕਿੱਥੇ ਨੇ ਇਹ ਪੈਕੇਜ? ਭਾਜੀ 5 ਗੱਡੀਆਂ ਚੱਲੀਆਂ ਜੀ ਪਿੰਡ ਜੈਦਾਂ ਭੋਗਪੁਰ ਦੇ ਰਾਹ ਤੇ ਬੇਗੋਵਾਲ ਤੋਂ ਕੋਲੇ ਹੀ ਆਪਣੇ ਹੈ। ਹਾਂ, ਤੇ ਉੱਥੋਂ ਚੱਲੀਆਂ ਜੀ 5 ਗੱਡੀਆਂ ਗੁਰਦਾਸਪੁਰ, ਜੇ 5 ਗੁਰਦਾਸਪੁਰ ਚੱਲੀਆਂ ਨੇ, 3 ਚੱਲੀਆਂ ਭਾਜੀ ਇਹ ਤੋਂ ਵੱਡੀ ਮਿਆਣੀ ਤੋਂ ਦਸੂਏ। ਅੱਛਾ ਠੀਕ ਹੈ ਜੀ, 5 ਚੱਲੀਆਂ ਇੱਥੇ ਲੋਕਲ ਹੀ ਪਿੰਡ ਮਕਸੂਦਪੁਰ ਉੱਥੋਂ ਜੀ।
ਸ਼ਾਬਾਸ਼ ਜੀ। ਤੇ ਤਿੰਨ ਹੋਰ ਪਿੰਡੂ ਚੱਲੀਆਂ ਭਾਜੀ, ਉਹਨਾਂ ਦੀ ਲੋਕੇਸ਼ਨ ਹੀ ਆਈ, ਉਹ ਵੀ ਟਾਂਡੇ ਕੋਲੋਂ ਹੀ ਚੱਲੀਆਂ, ਆਪਣੇ ਟਾਂਡੇ ਵਾਲੇ ਆਫਿਸ ਤੋਂ। ਚੇਤੇ ਕਿੱਦਾਂ ਰੱਖ ਲੈਂਦੇ ਹੁੰਦੇ ਕੁਛ ਹੈ? ਬਸ ਭਾਜੀ ਇੱਕ ਦਿਨ ਪਹਿਲਾਂ ਸੋਚੀਦਾ ਕਿਨੂੰ ਕਿਨੂੰ ਗੱਡੀ ਦਾ ਦੱਸੇ ਆ ਵੀ ਗੱਡੀ ਲੈ ਕੇ ਆ ਜੀ ਤੈ ਆਉਣਾ। ਗੁਰਦਾਸਪੁਰ ਕਿੰਨੀਆਂ ਚੱਲੀਆਂ ਸੀ ਵੀਰੇ? ਗੁਰਦਾਸਪੁਰ 5 ਚੱਲੀਆਂ ਜੀ। ਕਿਹੜੀ ਚੱਲੀ ਆ? ਇੱਕ ਜੀ ਵੈਗਨ ਚੱਲੀ ਜੀ, ਇੱਕ ਮੇਬੈਕ, ਇੱਕ ਜੈਗਵਰ, ਇੱਕ BMW, ਇੱਕ ਓਡੀ। ਤੇ ਪੈਕੇਜ ਆਪਾਂ ਜੇ ਹਿਸਾਬ ਲਾਉਣਾ ਹੋਵੇ, ਅੱਜ ਇੱਕ ਗੁਰਦਾਸਪੁਰ ਬੈਠਾ ਬੰਦਾ ਦੇਖਦਾ ਆ ਮੰਨ ਲਓ ਜੀ, ਅਗਲਾ ਕਹਿੰਦਾ ਵੀਰੇ ਸੇਮ ਪੈਕੇਜ ਦੇਣਾ, ਦੇ ਦਿਆਂਗੇ ਭਾਜੀ। ਕਿੰਨੇ 'ਚ ਦੇਵਾਂਗੇ ਇਹ ਸੇਮ ਪੈਕੇਜ? ਭਾਜੀ ਆਪਾਂ ਗੁਰਦਾਸਪੁਰ ਵਾਲੇ ਵੀਰਾਂ ਨੂੰ ਦੇ ਦਿਆਂਗੇ 1.5 ਲੱਖ ਰੁਪਏ 'ਚ। 1.5 ਲੱਖ ਰੁਪਏ ਦਾ 5 ਗੱਡੀਆਂ। ਹੁਣ ਜਿਹੜੀ ਗੱਡੀ ਮੰਨ ਲਓ ਚੱਲੀ ਆ ਅੱਜ ਦਸੂਏ, ਉਹ ਕਿਹੜੀਆਂ ਚੱਲੀਆਂ ਫਿਰ? ਦਸੂਏ ਚੱਲੀਆਂ ਇੱਕ ਜੈਗਵਰ, ਹਾਂ, ਦੋ ਓਡੀਆਂ। ਇੱਕ ਜੈਗਵਰ ਤੇ ਦੋ ਓਡੀਆਂ, ਤਿੰਨ ਗੱਡੀਆਂ ਚੱਲੀਆਂ। ਤੇ ਤਿੰਨਾਂ ਦਾ ਪੈਕੇਜ ਕਿੰਨੇ ਦਾ ਗਿਆ? ਤਿੰਨਾਂ ਦਾ ਵੀਰੇ ਦਿੱਤਾ 40,000। ਆਪਣੇ ਭੋਗਪੁਰ, ਉਹ ਭੋਗਪੁਰ ਨੀ ਜਿਹੜਾ ਇੱਥੇ ਬੇਗਵਾਲ ਦੇ ਕੋਲ ਲੋਕਲ ਰਹਿਣਾ। ਅੱਛਾ, ਉੱਥੇ 4 ਰੇਂਜਾਂ ਤੇ ਇੱਕ ਮੇਬੈਕ। 4 ਰੇਂਜਾਂ ਇੱਕ ਮੇਬੈਕ, ਉਹਨਾਂ ਨੇ 1,20,000 ਰੁਪਈਆ ਭਾਜੀ ਉਹਨਾਂ ਦਾ ਭਾਈ 1,20,000 ਮਤਲਬ ਬਾਈ ਜੇ ਆਪਾਂ ਬਾਈ ਰੇਟਾਂ ਦੀ ਗੱਲ ਕਰੀਏ, ਸਾਰੇ ਮਾਰਕੀਟ ਦਾ ਰੇਟ ਸੇਮ ਹੁੰਦਾ ਕਿ ਆਪਾਂ ਬਾਈ ਜੇ ਬੰਦਾ ਮੰਨ ਲਓ ਕੋਈ ਵੀਡੀਓ ਦੇਖ ਮਾਰਕੀਟ 'ਚ ਜਿੱਥੋਂ ਮਰਜ਼ੀ ਬੰਦਾ ਟਰਾਈ ਕਰ ਲਏ ਆਪਣੇ ਆਫਿਸ ਆ ਜੇ, ਸਾਰਿਆਂ ਤੋਂ ਚੀਪ ਰੇਟ ਦੇਵਾਂਗੇ। ਸਭ ਤੋਂ ਘੱਟ ਰੇਟ ਮੈਂ ਕਿਹਾ ਲੁਧਿਆਣੇ ਕਹਿੰਦੇ ਸਭ ਤੋਂ ਜ਼ਿਆਦਾ ਗੱਡੀਆਂ ਲੁਧਿਆਣੇ ਨਾਲ ਸਸਤੀਆਂ। ਰੀਲਾ ਬਣਾ ਕੇ ਗਿਆ ਹੈ ਇਹ ਭਾਜੀ, ਬਣਾਉਂਦੇ ਨੇ ਜੋ ਤੁਰਨੀਆਂ ਸਾਰਿਆਂ ਨੇ ਬਣਾਉਣੀਆਂ ਪੂਰੀ ਮਾਰਕੀਟ ਨੇ। ਤੇ ਮੰਨ ਲਓ ਬਾਈ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਉਂਦਾ ਆ ਉਹਨੂੰ ਕਿਆ ਡਿਸਕਾਊਂਟ ਦੇਵਾਂਗੇ? ਭਾਜੀ ਉਹਨੂੰ ਵੱਖਰਾ ਸਪੈਸ਼ਲ ਡਿਸਕਾਊਂਟ ਦੇਵਾਂਗੇ, ਉਹਨੂੰ ਜਿਵੇਂ ਪਿਛਲੀ ਵਾਰੀ ਆਪਾਂ 1 ਗੱਡੀ ਫ੍ਰੀ ਦਿੱਤੀ ਸੀ 10 ਨਾ, ਇੱਦਾਂ ਹੀ ਆਪਾਂ 1 ਹੋਰ ਫ੍ਰੀ ਦੇ ਦੇਵਾਂਗੇ। ਅੱਛਾ, ਐਤਕੀ ਵੀ ਗੱਡੀ ਕਿੰਨੀਆਂ ਗੱਡੀਆਂ ਨੇ ਕਿੰਨੀਆਂ ਫ੍ਰੀ ਦੇਵਾਂਗੇ? ਐਤਕੀ ਭਾਜੀ 5 ਨਾ 1 ਦੇ ਦੇਵਾਂਗੇ ਜੀ। 5 ਨਾ 1 ਗੱਡੀ ਫ੍ਰੀ, ਅੱਗੇ 10 ਨਾ ਦਿੱਤੀ ਸੀ, ਐਤਕੀ 5 ਨਾ ਦੇ ਦੇਵਾਂਗੇ ਜੀ। ਯਾਰ ਜਿਹੜੇ ਬੰਦੇ ਨੇ ਮੰਨ ਲਓ 5 ਨਾ 1 ਫ੍ਰੀ ਲੈਣੀ, ਅਗਲਾ ਕਹਿੰਦਾ ਜੇ ਮੈਂ ਗੱਡੀਆਂ 10 ਬੁੱਕ ਕਰਾਉਣਾ ਫਿਰ 10 ਨਾ 2 ਪੱਕਾ ਰਹਿ ਗਈ ਗੱਲ ਭਾਜੀ ਦੇ ਦਿੱਤੀਆਂ? ਜਿਹੜਾ ਬੰਦਾ ਸਾਡੀ ਵੀਡੀਓ ਦੇਖਦਾ ਮਿੱਤਰੋ, ਜੇ 10 ਗੱਡੀਆਂ ਬੁੱਕ ਕਰਾ ਲਈਆਂ ਫਿਰ ਤੁਸੀਂ ਸਾਨੂੰ ਦੱਸਣਾ ਹੈ ਕਿ ਬਾਈ 2 ਗੱਡੀਆਂ ਬਾਈ ਨੇ ਦਿੱਤੀਆਂ। ਪਰ ਬਾਈ ਇਹਦਾ ਵੀਡੀਓ ਕਰਾਉਣ ਦਾ ਫਾਇਦਾ ਫੂਦਾ ਹੁੰਦਾ ਕਿ ਯਾਰ ਤੁਹਾਨੂੰ ਹੀ ਸੱਦ ਲੈਣੇ ਆ ਇਹ ਵੀਰੇ? ਵੀਡੀਓ ਦੇ ਇਹ ਵੀ ਕਈ ਕਸਟਮਰ ਜਿਵੇਂ ਦੂਰ ਬੈਠੇ ਨੇ, ਅਸੀਂ ਹੁਣ ਬੇਗਵਾਲ ਬੈਠੇ ਮੇਨ ਬਾਜ਼ਾਰ 'ਚ, ਹਾਂ, ਕਈ ਬੰਦੇ ਬੈਠੇ ਨੇ ਭਾਜੀ ਜਲੰਧਰ, ਹਾਂ, ਉਹਨਾਂ ਨੂੰ ਬੇਗਵਾਲ ਪਤਾ ਹੀ ਨਹੀਂ ਕੀ ਯਕੀਨ, ਹਾਂ, ਉਹ ਵੀਡੀਓ ਵੇਖਣਗੇ ਤੇ ਆਣਗੇ, ਆਉਂਦੇ ਨੇ। ਮੈਂ ਕਿਹਾ ਲੁਧਿਆਣੇ ਉਹ ਆਉਂਦੇ ਨੇ, ਪਿੱਛੇ ਜੇ ਮਾਛੀਵਾੜੇ ਤੋਂ ਸਪੈਸ਼ਲ ਆਏ ਸੀ। ਆਹ 2 ਆਪਣੀਆਂ ਹੋਰ ਆ ਗਈਆਂ ਜੀ, ਉਹ ਦੇ ਓਏ ਵਿੱਕੀ ਓਏ, ਉਹ ਦੇ ਜੱਟਾ, ਉਹ ਇਹ ਜਿਹੜੀਆਂ ਵੱਡੀ ਮਿਆਣੀਆਂ ਚੱਲੀਆਂ, ਇਹ ਤਾਂ ਫਾਰਚੂਨਰ ਵੀ ਆ। ਇਹ ਫਾਰਚੂਨਰ ਗਿਫਟ ਦਿੱਤੀ ਉਹਨਾਂ ਨੂੰ। ਅੱਛਾ ਇਹ, ਅੱਛਾ ਇਹ ਗਿਫਟ ਚੱਲੀ ਆ, ਇਹ ਗਿਫਟ ਦਿੱਤੀ 23 ਮਾਡਲ ਫਾਰਚੂਨਰ। ਵਾਹ ਜੀ ਵਾਹ। ਅੱਛਾ ਲੈ ਵੀ ਮਿੱਤਰਾ, ਅੱਛਾ ਜੇ ਅਗਲਾ ਬਾਈ ਚਾ ਜੇ ਕੋਈ ਚਾਹੁੰਦਾ ਫਾਰਚੂਨਰ ਦੀ ਜਗ੍ਹਾ ਮੈਨੂੰ ਹੋਰ ਗੱਡੀ ਦੇ ਦਿਓ, ਉਹ ਵੀ ਦੇ ਦਿਆਂਗੇ ਭਾਜੀ। ਅੱਛਾ ਉਹ ਓਡੀ ਦੇ ਦਿਆਂਗੇ। ਅੱਛਾ ਉਹ ਠੀਕ ਹੈ ਜੀ, ਲੈ ਵੀ 2 ਗੱਡੀਆਂ ਹੋਰ ਆ ਗਈਆਂ, ਮੈਨੂੰ ਤਾਂ ਰੇਂਜ ਰੂਜ ਵੀ ਆਉਣੀ ਹੈ ਜੇ, ਇੱਕ ਅੱਧੀ ਹੋਰ ਹੈ। ਰੇਂਜ 1 ਆਣੀ ਭਾਜੀ। ਅੱਛਾ ਲਾ ਦਿਓ ਵੀਰੇ, ਖੜੀ ਕਰ ਦਿਓ ਇੱਦਾਂ ਹੀ, ਲਾ ਦਿਓ ਸਾਈਡ ਤੇ, ਜਗ੍ਹਾ ਨਹੀਂ ਹੁਣ ਮਿੱਤਰੋ। ਇਹ ਜਦੋਂ ਨਾ ਅਸੀਂ ਵੀਡੀਓ ਕਰ ਲੈਂਦੇ ਸਵੇਰੇ ਲਗਜ਼ਰੀ ਡ੍ਰੀਮ ਕਾਰ ਦੀ, ਲੋਕ ਖੜ ਖੜ ਕੇ ਵੀਡੀਓ ਬਣਾ ਕੇ ਜਾਂਦੇ ਨੇ ਉਰੇ। ਹਾਂਜੀ ਹਾਂਜੀ ਜੀ। ਅੱਛਾ ਇੱਕ ਤਾਂ ਵੀਰੇ ਆਹਾ ਕਾਰਾਂ ਨੇ ਹੈ ਜੀ, ਇੱਕ ਕਈ ਵੀਰ ਚਾਹੁੰਦੇ ਹੁੰਦੇ ਨੇ ਯਾਰ ਮੈਂ ਬਾਹਰੋਂ ਆਉਣਾ, ਮੇਰਾ ਵਿਆਹ ਆ, ਮੈਂ ਟੱਪਰ ਘੁਮਾਉਣਾ ਆਪਦਾ ਸੈਲਫ ਡਰਾਈਵ ਤੇ। ਸੈਲਫ ਡਰਾਈਵ ਤੇ ਥਾਰ ਵੀ ਦਿੰਦੇ, ਸਕਾਰਪੀਓ ਵੀ ਦਿੰਦੇ, ਫਾਰਚੂਨਰ ਨਵਾਂ ਮਾਡਲ ਵੀ ਦਿੰਦੇ, ਫਾਰਚੂਨਰ ਪੁਰਾਣਾ ਮਾਡਲ ਵੀ ਦਿੰਦੇ। ਅੱਛਾ ਫਾਰਚੂਨਰ ਪੁਰਾਣਾ ਵੀ ਮਿਲ ਜੂ, ਨਵਾਂ ਵੀ ਮਿਲ ਜੂ? ਨਵਾਂ ਵੀ ਮਿਲ ਜੂ, ਥਾਰ ਸਕਾਰਪੀਓ ਮਿਲ ਜੂ, ਸਕਾਰਪੀਓ ਜਿਹੜੀ ਆਪਣੀ ਹੁਣ ਉਹ ਲੇਟੈਸਟ S11। ਹਾਂਜੀ ਹਾਂਜੀ, ਕਲਾਸਿਕ। ਤੇ ਛੋਟੀਆਂ ਕਾਰਾਂ ਵੀ ਹੈਗੀਆਂ ਦੇਣੀਆਂ? ਛੋਟੀਆਂ ਨਹੀਂ ਵੀਰੇ, ਛੋਟੀਆਂ ਨਹੀਂ ਹੁੰਦੀਆਂ ਆਪਣੇ ਕੋਲ ਨਾ, ਤੇ ਆਪਣੇ ਕੋਲ ਸ਼ੁਰੂ ਹੀ ਸਕਾਰਪੀਓ ਤੋਂ ਹੁੰਦਾ ਸ਼ੁਰੂ ਸਕਾਰਪੀਓ। ਹਾਂ, ਤੇ ਜਿਹੜਾ ਵੈਡਿੰਗ ਵਾਲੀ ਲਾਈਨ ਹੈ ਉਹਦੇ 'ਚ ਫੋਰਚੂਨਰ ਓਡੀ ਤੋਂ ਸਟਾਰਟਿੰਗ ਹੈ ਜੀ।
ਅੱਛਾ ਤੇ ਮੰਨ ਲਓ ਜੇ ਵਿਆਹ ਤੇ ਬਾਈ ਇੱਕ ਤਾਂ ਆਹ ਕਾਰਾਂ ਖੜੀਆਂ ਨੇ ਸੁੱਕਣਾ, ਅੱਜ ਤਾਂ ਵੈਰਾਇਟੀ ਬਹੁਤ ਆ, ਹਾਂਜੀ ਹਾਂਜੀ, ਇਦੂ ਇਲਾਵਾ ਅਗਲਾ ਬੰਦਾ ਜੇ ਚਾਹੁੰਦਾ ਮੈਂ ਗੱਡੀ ਬੁੱਕ ਕਰਨੀ ਕਿਹੜੀ ਕਰ ਸਕਦਾ ਆ? ਉਸ ਤੋਂ ਬਾਅਦ ਭਾਜੀ ਆਪਣੇ ਕੋਲ ਰੋਲਸ ਰੋਇਸ ਮਿਲ ਜਾਂਦੀ ਹੈ, ਬੈਂਟਲੇ, ਅੱਛਾ ਬੈਂਟਲੇ ਮਿਲ ਜੂ, ਹਾਂਜੀ, ਜੀ ਵੈਗਨ, ਹਮਰ ਮਿਲ ਜੂ, ਲਿਮੋ ਮਿਲ ਜੂ, ਕੈਡੀਲੈਕ ਦੀ ਵੈਸੇ ਟਖਾੜਿਆ ਹੁੰਦਾ, ਜਿੱਦਾਂ ਮੇਰੇ ਯਾਰ ਦੋਸਤ ਨੇ ਅਗਲੇ ਕਹਿੰਦੇ ਯਾਰ ਮੇਰਾ ਵਿਆਹ ਆ, ਮੇਰੇ ਵਿਆਹ ਤੇ ਨਾ ਮੂਹਰੇ ਇੱਕ ਗੱਡੀ ਚਾਹੀਦੀ, ਸਕਾਰਪੀਓ ਚਾਹੀਦੀ ਸਾਨੂੰ ਨਾਲ, ਸਕਾਰਪੀਓ ਦੇਣਗੀਆਂ ਭਾਜੀ, 18 ਆਪਣਾ 19 ਫਰਵਰੀ ਦੀ ਹੈ ਮੈਰਿਜ, ਤੇ ਉਹਨਾਂ ਨੂੰ ਆਪਾਂ 20 ਸਕਾਰਪੀਓ ਦੇਣੀਆਂ ਬਲੈਕ, ਇੱਕ ਲਿਮੋ ਦੇਣੀ ਤੇ ਇੱਕ ਜੀ ਵੈਗਨ ਦੇਣੀ, ਇੱਕ ਲਿਮੋ ਇੱਕ ਜੀ ਵੈਗਨ ਨਾਲ 20 ਸਕਾਰਪੀਓ ਕਾਲੀਆਂ, ਕਾਲੀਆਂ ਸਕਾਰਪੀਓ, ਜੇ ਅਗਲਾ ਚਾਹੁੰਦਾ ਮੇਰੇ ਵਿਆਹ ਤੇ ਭਾਈ ਆਹ ਗੱਡੀਆਂ ਇਸੇ ਰੰਗ ਦੀਆਂ, ਹੁਣ ਤਾਂ ਹੋ ਜੂ ਅਰੇਂਜ, ਦੇ ਦੇਵਾਂਗੇ ਭਾਜੀ, ਮੈਂ ਇੱਕ ਬਾਈ ਨੂੰ ਫੋਨ ਕੀਤਾ, ਮੈਂ ਕਿਹਾ ਵੀਰੇ ਯਾਰ ਗੱਡੀਆਂ ਚਾਹੀਦੀਆਂ ਨੇ, ਬਾਈ ਕਹਿੰਦਾ ਯਾਰ ਇੰਨੀਆਂ ਰੇਂਜ ਨਹੀਂ ਹੋਣੀਆਂ, ਮੈਂ ਕਿਹਾ ਵੀਰੇ ਆਪਾਂ ਦੇਵਾਂਗੇ ਭਾਵੇਂ ਦਿੱਲੀ ਉਹਨਾਂ ਮੰਗਾਉਣੀਆਂ ਪੈਣ, ਰੇਟ ਪੰਜਾਬ ਵਾਲਾ ਹੀ ਲੱਗੂ, ਜੇ ਅਗਲਾ ਕਹਿੰਦਾ ਵੀਰੇ ਮੈਨੂੰ ਫਾਰਚੂਨਰ 20 ਦਵਾ ਦਿਓ ਨਵੀਆਂ, ਦੇ ਦੇਵਾਂਗੇ ਭਾਜੀ, ਹੋ ਜੂ 20 ਦੀ ਗੱਲ ਹੀ ਕੋਈ ਨੀ ਭਾਜੀ, ਕਿਉਂਕਿ ਭਾਈ ਜਿਹੜੇ ਬੰਦੇ ਦੇਖਦੇ ਨੇ ਸੁੱਕਣਾ ਸਾਡੇ NRI ਬੈਠੇ ਆ, ਅਗਲਾ ਕਹਿੰਦਾ ਸ਼ੌਂਕ ਪੂਰਾ ਕਰਨਾ, ਡੱਖਾ ਕੱਢਣਾ ਇੱਕ ਵਾਰੀ, ਪੈਸੇ ਦੀ ਕੋਈ ਟੈਨਸ਼ਨ, ਮੈਂ ਕਿਹਾ ਸ਼ੌਂਕ ਹੀ ਪੂਰੇ ਕਰਨ ਬੈਠੇ ਭਾਜੀ, ਤੁਸੀਂ ਫੋਨ ਲੈਣਾ ਵੀ ਭਾਜੀ ਸਾਡੀ ਬਰਾਤ ਇੰਨੇ ਬੰਦਿਆਂ ਦੀ ਹੈ, ਮੈਂ ਕਿਹਾ ਗੱਡ ਖਾਨਾ ਇੰਨਾ ਕੁ ਖੜਾ ਕਰ ਦਿਆਂ ਕਿ ਪਿੰਡ 'ਚ ਫਿਰਨੀ ਪੂਰੀ ਘੁਮਾ ਲਿਓ ਭਾਵੇਂ, ਭਾਜੀ ਵਾਹ ਹੈ, ਤੁਹਾਡੇ ਪੂਰੇ ਪਿੰਡ ਦੀ ਫਿਰਨੀ ਦੇ ਆਲੇ ਦੁਆਲੇ ਗੱਡੀਆਂ ਗੱਡੀਆਂ ਦਿਖਣਗੀਆਂ, ਇਹ ਉਹ ਬੰਦੇ ਆ, ਹਾਂਜੀ ਆਹਾਂ, ਤੇ ਭਾਈ ਜਿੱਦਾਂ ਹੁਣ ਮੰਨ ਲਓ ਕਿਸੇ ਨੇ ਪੈਕੇਜ ਬੁੱਕ ਕਰਨਾ ਹੈ ਨਾ, ਖੜੇ ਪੈਰ ਤਾਂ ਨਹੀਂ ਮਿਲ ਜੂ, ਮੈਂ ਕਿਹਾ ਭਾਜੀ ਇੱਕ ਦਿਨ ਪਹਿਲਾਂ ਵੀ ਫੋਨ ਲਾ ਲਿਓ, ਦੇ ਦਿਆਂ ਗੱਡੀਆਂ ਕਰ ਦੋਗੇ ਅਰੇਂਜ, ਆਪਣਾ ਇਹ ਨਹੀਂ ਵੀ 3 ਮਹੀਨੇ ਪਹਿਲਾਂ ਭਾਜੀ ਦੱਸੋ, 2 ਮਹੀਨੇ ਖੜੇ ਪੈਰ ਫੋਨ ਲਾ ਲਿਓ, ਬਸ ਇਹ ਵੀ ਸਾਡੇ ਆਫਿਸ ਤੋਂ ਸਫ਼ਰ ਥੋੜ੍ਹਾ ਲਾਓ ਉਨਾ ਕੁ ਹੋਵੇ, ਉਸ ਹਿਸਾਬ ਨਾਲ ਕੋਲ ਕਰਿਓ ਵੀ ਜਿਹੜੀਆਂ ਟਾਈਮ ਨਾਲ ਪਹੁੰਚ ਜਾਣ ਸਵੇਰੇ, ਪਰ ਐਂ ਪੰਜਾਬੋਂ ਬਾਹਰ ਗੱਡੀਆਂ ਜਾ ਸਕਦੀਆਂ, ਦਿਆਂਗੇ ਭਾਜੀ, ਹਾਂ ਭਾਵੇਂ ਤੁਸੀਂ ਖੜੇ ਪੈਰ ਫੋਨ ਲਾ ਲਓ, ਜਿੱਦਾਂ ਸਾਨੂੰ ਇਹ ਖੜੇ ਪੈਰ ਫੋਨ ਲਾ ਕੇ ਕਹਿੰਦੇ ਬਈ ਸਵੇਰੇ ਕਰਨੀ ਹੈ ਵੀਡੀਓ, ਵੀਡੀਓ ਕਰਨੀ ਟਾਈਮ ਨਾਲ ਪਹੁੰਚ ਜਾਇਓ ਭਰਾ, ਇਹ ਪਿਆਰ ਹੈ ਕਿ ਕਿਸੇ ਹੋਰ ਨੂੰ ਵੀ ਬੁਲਾਉਂਦੇ ਪਹਿਲਾਂ ਸਾਨੂੰ ਫੋਨ ਕਰਦੇ ਆ, ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਇਦਾਂ ਆ ਜਿੱਦਾਂ ਭਾਈ ਇਹ ਸਾਨੂੰ ਪਹਿਲਾਂ ਫੋਨ ਕਰਦੇ ਆ, ਉਦਾਂ ਤੁਸੀਂ ਵੀ ਇਹਨਾਂ ਨੂੰ ਪਹਿਲਾਂ ਫੋਨ ਕਰਨਾ ਹੈ, ਜੇ ਕਿਸੇ ਨੂੰ ਚਾਹੀਦੀ ਬਈ ਫਾਰਚੂਨਰ ਰੇਂਜ ਵੈਗਨ ਕੋਈ ਵੀ ਗੱਡੀ ਚਾਹੀਦੀ ਆ, ਤੇ ਨੰਬਰ ਸਕਰੀਨ ਤੇ ਦੇਤੇ ਆ, ID ਵੀ ਭਰਾ ਦੀ ਦੇਤੀ, ਫਾਲੋਅਰ ਵਧਾ ਦਿਓ ਇੱਕ ਵਾਰੀ ਫੜ ਕੇ ਕਿ ਅਗਲੀ ਵਾਰੀ ਵੀਡੀਓ ਕਰਾਉਣ ਤੋਂ ਪਹਿਲਾਂ ਭਰਾ ਨੂੰ ਕਾਲ ਵੀ ਆਉਣਾ ਚਾਹੀਦਾ ਆ, ਜ਼ਰੂਰ ਜ਼ਰੂਰ ਭਾਜੀ, ਤੇ ਬਾਕੀ ਬਾਈ ਜੀ ਹੁਣ ਜੇ ਕਿਸੇ ਨੇ ਬੇਗੋ ਵਾਲਾ ਆਉਣਾ ਆ, ਵੈਸੇ ਤਾਂ ਮੇਨ ਅੱਡੇ 'ਚ ਖੜੇ ਆ, ਹਾਂਜੀ ਹਾਂਜੀ, ਫਿਰ ਵੀ ਦੱਸ ਦਈਏ ਬਾਈ ਕਿੱਧਰੋਂ ਆਉਣਾ ਤੇ ਕਿਹੜੇ ਪਾਸੇ ਦੁਕਾਨ ਆ, ਜੇ ਤੇ ਕਿਸੇ ਪੈਗ ਪੁੱਗ ਲਾਉਣ ਵਾਲੇ ਵੀਰ ਨੇ ਆਉਣਾ ਸਾਹਮਣੇ, ਠੀਕ ਹੈ ਭਾਜੀ, ਵਾ ਤੁਹਾਡੇ ਕੰਮ ਦੀ ਗੱਲ ਆ ਇਹ, ਠੀਕ ਹੈ ਜੀ, ਜੇ ਕਿਸੇ ਨੇ ਫਰਨੀਚਰ ਲੈਣ ਆਉਣਾ ਸਾਹਮਣੇ ਫਰਨੀਚਰ ਦੀਆਂ ਦੁਕਾਨਾਂ ਉਹਨਾਂ ਦੇ ਸਾਹਮਣੇ ਹੀ ਆਪਣਾ, ਹਾਂ ਤੇ ਬਾਕੀ ਜੇ ਪੈਸੇ ਕਢਾਉਣ ਵਾਲੇ ਨਾਲ ਬੈਂਕ ਕੇ ਪੰਜਾਬ ਨੈਸ਼ਨਲ, ਮੈਂ ਸੁਵਿਧਾ ਸਾਰੀ ਹੈ ਤੁਹਾਡੇ ਕੋਲੇ, ਮੈਂ ਸਾਰੀ ਆਲੇ ਦੁਆਲੇ ਹੀ ਹੈ, ਜੇ ਕਿਸੇ ਨੇ ਬੁਲਟ ਲੈਣ ਆਉਣਾ ਵਿਆਹ ਤੋਂ ਪਹਿਲਾਂ ਏਜੰਸੀ ਵੀ ਨਾਲ ਹੀ ਦਿੱਤੀ ਇਹ, ਮਤਲਬ ਹੁਣ ਬਈ ਇੰਨੀਆਂ ਨਿਸ਼ਾਨੀਆਂ ਦੱਸਦੀਆਂ, ਏਜੰਸੀ ਕੋਲੇ ਆ, ਠੇਕਾ ਕੋਲੇ ਆ, ਫਰਨੀਚਰ ਵਾਲੇ ਕੋਲੇ ਆ, ਪੈਸੇ ਕਢਾਓ ATM ਤੋਂ ਬਈ, ਗੱਡੀਆਂ ਬੁੱਕ ਕਰਾਓ, ਬੋਰਡ ਲੱਗੇ ਪਏ ਆ, ਬੋਰਡ ਲੱਗਾ ਨਾਲ ਆ ਵੀ ਆਪਣੀ ਦੁਕਾਨ ਹੈ, ਆਫਿਸ ਜੇ ਕੋਈ ਨਹੀਂ ਮਿਲਦਾ ਇੱਧਰ ਵੀ ਆਪਣਾ ਹੀ ਹੈ ਸਾਰਾ, ਜੇ ਫਿਰ ਤਾਂ ਫਿਰ ਭਾਈ ਅਸੀਂ ਤੁਹਾਡੇ ਕੋਲ ਆ, ਤੇ ਨੰਬਰ ਤੁਹਾਨੂੰ ਸਕਰੀਨ ਤੇ ਬਾਈ ਦੇ ਤੇ ID ਦੇ ਤੀ, ਤੇ ਆਸ ਕਰਦੇ ਮਿੱਤਰੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ, ਕੰਮ ਤੁਹਾਡੇ ਐਤਕੀ ਵੀ ਆਊਗੀ ਤੇ ਬਾਈ ਦੇ ਵੀ ਕੰਮ ਆਊਗੀ, ਤੇ ਬਾਈ ਜੀ ਤੁਹਾਡਾ ਸਾਰਿਆਂ ਦਾ, ਤੇ ਬਾਈ ਤੁਹਾਡਾ ਸਮਾਂ ਦੇ ਲਈ ਧੰਨਵਾਦ ਜੀ, ਵੀਡੀਓ ਬਣ ਗਈ ਬਣ ਗਈ ਬਣ ਗਈ ਚੱਟਾ, ਚਲੋ ਹੈ।